ਅਸਲਾਮੁਅਲੈਕਮ ਥੋੜ੍ਹੇ ਦੇਖਣ ਵਾਲਿਓ, ਈਦ ਮੁਬਾਰਕ। ਈਦ ਵਾਲੇ ਦਿਨ ਅੱਜ ਅਸੀਂ ਬਹੁਤ ਸੋਹਣਾ ਜਿਹਾ ਪ੍ਰਾਹੁਣਾ ਤੁਹਾਡੇ ਵਾਸਤੇ ਲੈ ਕੇ ਆਏ ਹਾਂ। ਚਮਕਦੇ ਰੰਗ ਨੇ, ਖੁਸ਼ਬੂਆਂ ਨੇ, ਫੁੱਲ ਖਿੜੇ ਨੇ, ਖੁਸ਼ੀਆਂ ਮਨਾ ਰਹੇ ਹੋ ਤੁਸੀਂ, ਔਰ ਅੱਜ ਸਾਰਾ ਦਿਨ ਤੁਹਾਡਾ ਖੁਸ਼ੀਆਂ 'ਚ ਲੰਘਿਆ ਅਤੇ ਸ਼ਾਮ ਵੀ ਖੁਸ਼ੀ 'ਚ ਲੰਘਣੀ ਚਾਹੀਦੀ ਹੈ। ਸਾਡੀਆਂ ਪ੍ਰਾਹੁਣੀਆਂ ਨੇ ਸਰਈਆ ਨਸੀਮ ਚੀਮਾ, ਪਾਕਿਸਤਾਨ ਮੁਸਲਿਮ ਲੀਗ ਇਸਲਾਮਾਬਾਦ ਦੀਆਂ ਸਦਰ ਨੇ ਔਰ ਮੈਂਬਰ ਰਹੀਆਂ ਨੇ ਸੂਬਾਈ ਅਸੈਂਬਲੀ ਦੀਆਂ ਪੰਜਾਬ ਦੀਆਂ, ਅਤੇ ਬੜੀਆਂ ਪੜ੍ਹੀਆਂ ਲਿਖੀਆਂ ਸਮਝਦਾਰ ਸ਼ਾਇਰਾ ਦਾਨਿਸ਼ਵਰ ਔਰ ਫਿਲਾਸਫਰ ਨੇ, ਅਤੇ ਇਹਨਾਂ ਨਾਲ ਗੱਪਸ਼ੱਪ ਰਹੇਗੀ। ਪੰਜਾਬੀ ਬੜੀ ਸੋਹਣੀ ਬੋਲਦੀਆਂ ਨੇ, ਤੁਸੀਂ ਫਿਕਰਮੰਦ ਨਾ ਹੋਵੋ, ਬਿਲਕੁਲ ਠੇਠ ਪੰਜਾਬੀ, ਕਿਉਂਕਿ ਪਿੰਡ ਨਾਲ ਵੀ ਤਲਕ ਹੈ ਅਤੇ ਸ਼ਹਿਰ ਨਾਲ ਵੀ ਤਲਕ ਹੈ। ਅਤੇ ਆਓ ਉਹਨਾਂ ਨਾਲ ਫਿਰ ਗੱਲਬਾਤ ਕਰਨੇ ਹੈ ਜੀ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਈਦ ਮੁਬਾਰਕ ਮੁਜ਼ਫਰ ਸਾਹਿਬ। ਬਹੁਤ ਖੈਰ ਮੁਬਾਰਕ ਜੀ, ਅਤੇ ਔਰ ਸਾਰੇ ਦੇਖਣ ਵਾਲਿਆਂ ਨੂੰ ਈਦ ਮੁਬਾਰਕ। ਬਿਲਕੁਲ, ਅਤੇ ਕੈਸੀ ਲੰਘੀ ਈਦ? ਅੱਜ ਸਾਰਾ ਦਿਨ ਤਾਂ ਫਿਰ ਤੁਸੀਂ ਸ਼ੀਰ ਖੋਰਮੇ ਅਤੇ ਮਿਠਾਈਆਂ ਅਤੇ ਕੇਕ ਖਾ ਰਹੇ ਹੋਗੇ। ਬਿਲਕੁਲ, ਤੁਹਾਨੂੰ ਪਤਾ, ਅਤੇ ਕੱਪੜੇ ਵੀ ਤੁਸੀਂ ਮਾਸ਼ਾਅੱਲਾ ਬੜੇ ਸੋਹਣੇ ਪਾਏ ਨੇ, ਚਮਕ ਰਹੇ ਹੋ ਤੁਸੀਂ। ਬਹਰ ਪਤਾ, ਇੱਕ ਮਹੀਨੇ ਦੇ ਰੋਜ਼ੇ ਔਰ ਫਿਰ ਮੁਸਲਮਾਨਾਂ ਵਾਸਤੇ ਬੜਾ ਖੁਸ਼ੀ ਦਾ ਦਿਨ ਹੁੰਦਾ ਈਦ ਦਾ, ਔਰ ਜ਼ਾਹਿਰ ਹੈ ਸਾਰਾ ਦਿਨ ਬੜਾ ਬਿਜ਼ੀ ਗੁਜ਼ਰਿਆ, ਸ਼ੀਰ ਖੁਰਮੇ, ਮਿਠਾਈਆਂ, ਔਰ ਫਿਰ ਇੱਕ ਹੋਰ ਕਮਿਟਮੈਂਟ ਸੀ, ਮੈਂ ਆਪਣੇ ਗਾਓਂ ਜਾਣਾ ਸੀ ਈਦ ਵਾਸਤੇ, ਅਤੇ ਮੈਂ ਤੁਹਾਡੇ ਪ੍ਰੋਗਰਾਮ ਵਾਸਤੇ ਚੁੱਕੇ ਤੁਸੀਂ ਬੁਲਾਏ ਸੀ, ਮੈਂ ਗਾਓਂ ਨਹੀਂ ਗਈ, ਵਰਨਾ ਮੈਂ ਈਦ ਅਸੀਂ ਆਪਣੇ ਕਰਦੇ। ਹਾਂਜੀ, ਕੋਸ਼ਿਸ਼ ਹੁੰਦੀ ਹੈ ਕਿ ਪਿੰਡ ਕਰੀਏ, ਲੇਕਿਨ ਇਸ ਦਫ਼ਾ ਬਸ ਨਹੀਂ ਜਾ ਸਕੇ। ਤੁਸੀਂ ਕਿਹਾ ਕਿ ਆਪਣਾ ਵੀ ਜਿਹੜੇ ਵੇਖਣ ਵਾਲੇ ਨਾਲ ਰਹਿੰਦੇ, ਮੈਂ ਕਿਹਾ ਸਾਰੇ ਪਾਕਿਸਤਾਨ ਦੇ ਲੋਕਾਂ ਨਾਲ, ਸਾਰੇ ਪਾਕਿਸਤਾਨ ਦੇ ਭੈਣ ਭਾਈਆਂ ਨਾਲ ਮੁਲਾਕਾਤ ਹੋ ਜਾਏਗੀ, ਅਤੇ ਇਸ ਵਾਸਤੇ ਚਲੋ। ਬੜੀ ਗੱਲ ਹੈ ਜੀ, ਇਹਦਾ ਮਤਲਬ ਤੁਸੀਂ ਆਪਣੇ ਨਾਲੋਂ ਕੌਮ ਦਾ ਜ਼ਿਆਦਾ ਖਿਆਲ ਕਰ ਰਹੇ ਹੋ, ਪਾਕਿਸਤਾਨ ਦਾ ਜ਼ਿਆਦਾ ਖਿਆਲ ਕਰ ਰਹੇ। ਬਿਲਕੁਲ ਜੀ, ਬਿਲਕੁਲ। ਅੱਛਾ, ਈਦ ਜਿਹੜੀ ਹੈ ਇਹ ਬੱਚੇ ਜਿਹੜੇ ਨੇ ਅਤੇ ਔਰਤਾਂ ਜਿਹੜੀਆਂ ਨੇ, ਇਹ ਜ਼ਿਆਦਾ ਖੁਸ਼ੀ ਕਰਦੇ ਨੇ, ਜ਼ਿਆਦਾ ਰੰਗਾਂ 'ਚ ਖੇਡਦੇ ਨੇ, ਚੂੜੀਆਂ ਲੈ ਰਹੀਆਂ ਨੇ ਕੁੜੀਆਂ, ਮੁੰਡੇ ਆਪਣਾ ਮਹਿੰਦੀਆਂ ਲੈ ਰਹੀਆਂ ਨੇ, ਕੱਪੜੇ ਪਾ ਰਹੀਆਂ ਨੇ, ਤੁਸੀਂ ਮਾਸ਼ਾਅੱਲਾ ਬੜੇ ਸੋਹਣੇ ਕੱਪੜੇ ਪਾਏ ਨੇ, ਅਤੇ ਇਹ ਜ਼ਿਆਦਾ ਖੁਸ਼ੀ ਬੱਚਿਆਂ ਨੂੰ ਹੁੰਦੀ ਹੈ ਔਰਤਾਂ ਨੂੰ ਹੁੰਦੀ ਹੈ? ਮੇਰਾ ਖਿਆਲ ਹੈ ਬਚਪਨ ਬੱਚਿਆਂ ਨੂੰ ਜ਼ਿਆਦਾ ਖੁਸ਼ੀ ਹੁੰਦੀ ਹੈ, ਔਰ ਹੁਣ ਤਾਂ ਕੋਈ ਖਾਸ ਫਰਕ ਨਹੀਂ ਹੁੰਦਾ ਈਦ ਦੇ ਦਿਨ 'ਚ ਔਰ ਦੂਸਰੇ ਦਿਨਾਂ 'ਚ, ਬਲਕਿ ਈਦ ਦਾ ਦਿਨ ਜਿਹੜਾ ਹੁੰਦਾ ਉਹ ਜ਼ਿਆਦਾ ਉਦਾਸ ਹੁੰਦਾ। ਈਦ ਦੇ ਦਿਨ 'ਚ ਜ਼ਿਆਦਾ ਆਪਣੇ ਯਾਦ ਆਉਂਦੇ ਨੇ, ਜਿਹੜੇ ਵਿਛੜ ਗਏ ਹੁੰਦੇ ਨੇ ਜਾਂ ਜਿਹੜੇ ਕੋਲ ਨਹੀਂ ਹੁੰਦੇ, ਅਤੇ ਬਚਪਨ 'ਚ ਮੇਰਾ ਖਿਆਲ ਬੱਚਿਆਂ ਦੀ ਈਦ ਹੁੰਦੀ ਹੈ। ਔਰ ਅਗਰ ਮੁਵਾਜ਼ਨਾ ਕਰੀਏ, ਕਦੀ ਆਪਣੇ ਬਚਪਨ 'ਚ ਜਿਹੜੀ ਈਦ ਹੁੰਦੀ ਸੀ ਔਰ ਪੂਰੀ ਰਾਤ ਨੀਂਦ ਨਹੀਂ ਸੀ ਆਉਂਦੀ ਕਿ ਸੁਬਹ ਈਦ ਹੈ, ਔਰ ਆਪਣੇ ਕੱਪੜੇ ਔਰ ਆਪਣੇ ਚੂੜੀਆਂ ਔਰ ਆਪਣੀ ਮਹਿੰਦੀ ਔਰ ਹਰ ਚੀਜ਼ ਦਾ ਬੜਾ ਖਿਆਲ ਹੁੰਦਾ ਸੀ, ਔਰ ਕੋਈ ਖਾਸ, ਮੇਰਾ ਖਿਆਲ ਹੈ ਤੁਸੀਂ ਔਰਤਾਂ ਨੂੰ ਦਾ ਕਿਹਾ, ਠੀਕ ਹੈ ਔਰਤਾਂ ਨੂੰ, ਮੇਰਾ ਖਿਆਲ ਹੈ ਜਿੰਨੇ ਮਸਾਇਲ ਮਰਦਾਂ ਦੇ ਨੇ ਉਹਨੇ ਔਰਤਾਂ ਦੇ ਨੇ, ਠੀਕ ਹੈ। ਅਤੇ ਕੋਈ, ਅੱਛਾ ਜਿਹੜੀ ਈਦ ਤੁਸੀਂ ਮਨਾਉਂਦੇ ਸੋ ਬਚਪਨ 'ਚ, ਤੁਹਾਡੇ ਬਚਪਨ 'ਚ ਇੱਦਾਂ ਹੁੰਦੀਆਂ ਸਨ, ਬੜੇ ਚਾਅ ਹੁੰਦੇ ਹੋਣਗੇ ਤੁਹਾਡੇ, ਉਸ ਈਦ 'ਚ ਅਤੇ ਹੁਣ ਦੀ ਈਦ 'ਚ ਫਰਕ ਮਹਿਸੂਸ ਕਰਦੇ ਹੋ? ਬਚਪਨ ਦੀ ਈਦ 'ਚ ਤਾਂ ਵਾਕਈ ਮੈਂ ਤੁਹਾਨੂੰ ਪਹਿਲੇ ਅਰਜ਼ ਕੀਤਾ ਹੈ ਕਿ ਬੱਚਿਆਂ ਨੂੰ ਤਾਂ ਸਾਰੀ ਰਾਤ, ਯਕੀਨ ਕਰੋ ਕਿ ਸਾਰੀ ਰਾਤ ਬੜੀ ਮੁਸ਼ਕਿਲ ਨਾਲ ਗੁਜ਼ਰਦੀ ਸੀ ਕਿ ਸੁਬਹਾ ਕਦੋਂ ਹੋਏਗੀ ਔਰ ਈਦ ਕਦੋਂ ਹੋਏਗੀ ਔਰ ਫਿਰ ਈਦੀਆਂ ਔਰ ਫਿਰ ਸਾਡਾ, ਵੈਸੇ ਵੀ ਮਾਸ਼ਾਅੱਲਾ ਬੜਾ, ਮੇਰੇ ਪੇਰੈਂਟਸ ਦਾ ਜਿਹੜਾ ਮਾਹੌਲ ਹੈ ਬੜਾ, ਸਾਡਾ ਜਿਹੜਾ ਹੁੰਦਾ ਨਾ ਇਕੱਠ ਜਿਹਨੂੰ ਕਹਿੰਦੇ ਨੇ ਜੁਆਇੰਟ ਫੈਮਿਲੀ ਸਿਸਟਮ, ਅਤੇ ਉਹ ਮਾਸ਼ਾਅੱਲਾ ਸਾਰੇ ਮੇਰੇ ਕਜ਼ਨਸ, ਮੇਰੇ ਚਾਚਾ, ਮੇਰੇ ਮਾਮੂ, ਮੇਰੇ ਭੈਣ ਭਾਈ, ਸਾਰੇ ਪੂਰਾ ਖਾਨਦਾਨ, ਫੁੱਫੀਆਂ ਔਰ ਸਾਰੇ, ਅਤੇ ਇੱਕ ਜੁਆਇੰਟ ਫੈਮਿਲੀ ਸਿਸਟਮ ਹੁੰਦਾ, ਔਰ ਜੁਆਇੰਟ ਫੈਮਿਲੀ ਸਿਸਟਮ ਤੁਹਾਨੂੰ ਪਤਾ ਹੈ ਕਿ ਔਰ ਸਾਰਾ ਸਾਡਾ ਕਰ ਚੁੱਕੇ
ਮਰਕਜ਼ੀ ਸੀ ਤੇ ਉੱਥੇ ਸਭ ਉੱਥੇ ਇਕੱਠੇ ਹੁੰਦੇ ਸਨ ਔਰ ਮਾਸ਼ਾਅੱਲਾ ਸਭ ਨੇ ਉੱਥੋਂ ਹੁਣ ਵੀ ਇਸੇ ਤਰ੍ਹਾਂ ਹੀ ਹੈ। ਮੈਂ ਪਿਛਲੇ ਸਾਲ ਈਦ ਆਪਣੇ ਘਰ ਕੀਤੀ ਸੀ, ਇਸੇ ਤਰ੍ਹਾਂ ਹੁੰਦਾ ਹੈ ਕਿ ਮਾਸ਼ਾਅੱਲਾ ਸਭ ਨੇ ਇਕੱਠੇ ਔਰ ਬਿਲਕੁਲ ਇੱਕ ਮੇਲੇ ਦਾ ਸਮਾਂ ਹੁੰਦਾ। ਤੁਸੀਂ ਪੈਦਾ ਕਿੱਥੇ ਹੋਏ ਸੋ? ਮੈਂ ਜੀ ਫੈਸਲਾਬਾਦ ਡਿਸਟ੍ਰਿਕਟ 543 ਮੇਰਾ ਗਾਓਂ ਹੈ। ਚੱਕ ਹੈ, ਚੱਕ ਹੈ, 543 ਚੱਕ। ਹਾਂਜੀ। ਤੇ ਜ਼ਿਲ੍ਹਾ ਸੀ ਉਦੋਂ ਲੈਲਪੁਰ ਜੀ, ਫੈਸਲਾਬਾਦ ਬਿਲਕੁਲ ਉਦੋਂ ਲੈਲਪੁਰ ਸੀ ਜੀ, ਬਿਲਕੁਲ। ਤੇ ਲੈਲਪੁਰ ਦੀਆਂ ਵੀ ਯਾਦਾਂ ਤੇ ਵਿਵਸਥਾ ਨੇ ਤੁਹਾਡੇ ਨਾਲ? ਬਿਲਕੁਲ ਜੀ, ਬਿਲਕੁਲ ਲੈਲਪੁਰ ਦੀਆਂ ਯਾਦਾਂ ਵਿਵਸਥਾ ਨੇ। ਤੇ ਭੈਣ ਭਰਾਵਾਂ ਚ ਕਿੰਨਾ ਨੰਬਰ ਹੈ ਤੁਹਾਡਾ? ਕਿੰਨੀਆਂ ਭੈਣੋ, ਕਿੰਨੇ ਭਰਾ ਹੋ? ਭੈਣ ਨਾਲ ਪਹਿਲਾ ਨੰਬਰ ਕਹਿ ਸਕਦੇ ਹੋ? ਪਹਿਲਾ ਵਾਹ ਜੀ, ਸਭ ਤੋਂ ਬੜੀ। ਅੱਛਾ, ਦੇਖਿਆ ਤੇ ਰੋਪ ਸ਼ੋਪ ਚਾੜਦੇ ਠੀਕ ਠਾਕ? ਓ ਅੱਛਾ, ਅੱਜ ਮੇਰਾ ਭਾਈ ਗਿਆ ਲੈਣ ਆਇਆ ਸੀ ਮੈਨੂੰ ਨਾ, ਤੇ ਬਾਹਰ ਥੋੜ੍ਹਾ ਰੋਪ ਸ਼ੋਪ ਫਿਰ ਹੁੰਦਾ ਨਾ, ਭੈਣਾਂ ਵੈਸੇ ਹੀ ਭੈਣਾਂ ਦਾ ਰੂਪ ਤੇ ਹੁੰਦਾ ਭਾਈਆਂ ਦੇ, ਮੇਰਾ ਥੋੜ੍ਹਾ ਸਾਰਾ ਜ਼ਰਾ ਜ਼ਿਆਦਾ ਹੈ ਕਿਉਂਕਿ ਮੈਂ ਦੂਰ ਰਹਿੰਦੀ ਹਾਂ, ਸਭ ਮੇਰੇ ਨਾਲ ਬੜਾ ਪਿਆਰ ਕਰਦੇ ਨੇ, ਮੇਰਾ ਥੋੜ੍ਹਾ ਸਾਰਾ ਜ਼ਿਆਦਾ ਹੈ ਠੀਕ ਹੈ। ਹਾਂ, ਵੈਸੇ ਮੇਰਾ ਖਿਆਲ ਹੈ ਕਿ ਰੋਪ ਸ਼ੋਪ ਕੀ ਹੁੰਦਾ, ਭੈਣ ਭਰਾ ਮੇਰਾ ਬੜਾ ਖਿਆਲ ਕਰਦੇ ਨੇ, ਬੜਾ ਇਹਤਰਾਮ ਕਰਦੇ ਨੇ ਮੇਰੇ ਭਾਈ, ਮਾਸ਼ਾਅੱਲਾ ਮੈਂ ਉਹਨਾਂ ਦੇ ਇੱਥੇ ਇੱਥੇ ਆਉਂਦੀ ਹਾਂ ਅਗਰ ਖੜੇ ਹੋਈਏ ਸਾਥ, ਲੇਕਿਨ ਬਹਰਹਾਲ ਮੇਰੇ ਅੱਗੇ ਉਹ ਅੱਖਾਂ ਵੀ ਨਹੀਂ ਚੁੱਕਦੇ ਮਾਸ਼ਾਅੱਲਾ, ਇੰਨਾ ਰੱਖ ਰਖਾਉ ਹੁੰਦਾ ਭੈਣਾਂ ਦੀ ਬੜੀ। ਅਤੇ ਇਹ ਨਾਂ ਤੁਹਾਡਾ ਬੜਾ ਖੂਬਸੂਰਤ ਹੈ, ਕਿਹਨੇ ਰੱਖਿਆ ਸੀ? ਮੇਰੇ ਦਾਦਾ ਨੇ ਜੀ। ਅੱਛਾ, ਭਾਜੀ ਬੜਾ ਸੋਹਣਾ ਨਾਂ ਰੱਖਿਆ। ਅਤੇ ਕਾਰਜ ਲਾਡ ਨਾਲ ਵੀ ਕੁਛ ਕਹਿੰਦੇ ਨੇ? ਕਾਰਜ ਲਾਡ ਨਾਲ ਜੀ ਪੂਨਾ। ਅੱਛਾ, ਅਤੇ ਤੁਹਾਡੀ ਫਿਰ ਪੜ੍ਹਾਈ ਸਾਰੀ ਲੈਲਪੁਰ ਹੋਈ? ਈਦ ਵਾਲੇ ਦਿਨ ਤੁਸੀਂ ਕਿਹੜੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ ਨੇ? ਪੜ੍ਹਾਈ ਸ਼ੜਾਈ ਮੈਂ ਕਿਹਾ ਈਦ ਦੇ ਨਾਲ ਨਾਲ ਇਹ ਵੀ ਗੱਲ ਹੋਵੇ ਨਾ, ਮੈਂ ਤੁਹਾਡਾ ਤਾਰਾ ਕਿਉਂਕਿ ਤੁਹਾਡੇ ਤਾਰਫ 'ਚ ਦੱਸਿਆ ਕਿ ਤੁਸੀਂ ਬਹੁਤ ਪੜ੍ਹੇ ਲਿਖੇ ਹੋ। ਅੱਛਾ ਜੀ ਜੀ, ਮੈਂ ਬਸ ਥੋੜ੍ਹਾ ਸਾਰਾ ਪੜ੍ਹੀ ਸੀ ਅਤੇ ਮੇਰੀ ਸ਼ਾਦੀ ਹੋ ਗਈ, ਇਹ ਤਾਂ ਫਿਰ 8ਵੀਂ ਕਲਾਸ 'ਚ ਬੜੀ ਅਰਲੀ ਏਜ ਸ਼ਾਦੀ ਹੋ ਗਈ, ਉਸ ਤੋਂ ਬਾਅਦ ਦੇ ਵਿੱਚ ਫਿਰ ਬੱਚੇ ਵੀ ਨਾਲ ਨਾਲ ਔਰ ਪੜ੍ਹਾਈ ਦਾ ਸਿਲਸਿਲਾ ਜਾਰੀ ਰਿਹਾ। ਮੈਟ੍ਰਿਕ ਮੈਂ, ਮੇਰਾ ਬੜਾ ਬੇਟਾ 2 ਮਹੀਨੇ ਦਾ ਸੀ, ਮੈਟ੍ਰਿਕ ਕੀਤਾ ਔਰ ਬੇਟੀ ਮੇਰੀ 25 ਦਸੰਬਰ ਨੂੰ ਪੈਦਾ ਹੋਈ ਔਰ 1 ਦਸੰਬਰ ਨੂੰ ਮੇਰਾ ਲਾਸਟ ਪ੍ਰੈਕਟੀਕਲ ਸੀ FA ਦਾ, ਔਰ BA ਕੀਤਾ, MA ਰੈਗੂਲਰ ਕੀਤਾ, ਇੱਕ ਹੋਰ MA ਕੀਤਾ, ਬਸ ਇਸ ਤਰ੍ਹਾਂ ਸਾਰਾ ਜਿਹੜਾ ਸਿਲਸਿਲਾ ਉਹ ਆਫਟਰ ਮੈਰਿਜ ਚੱਲਦਾ ਰਿਹਾ ਨਾਲ ਨਾਲ। ਠੀਕ ਹੈ। ਅੱਛਾ, ਨਾਲ ਨਾਲ ਜ਼ਾਤੀ ਗੱਲਾਂ ਹੁੰਦੀਆਂ ਰਹਿਣਗੀਆਂ, ਈਦ ਦੀ ਵੀ ਗੱਲ ਕਰਦੇ ਹਾਂ, ਕਿਤਾਬਾਂ ਦੀ ਗੱਲ ਵੀ ਹੋਏਗੀ, ਤੁਹਾਡੀ ਜ਼ਿੰਦਗੀ 'ਤੇ ਵੀ ਗੱਲ ਹੋਏਗੀ, ਇਹ ਨਹੀਂ ਕਿ ਹੁਣ ਇਹਨਾਂ ਵੇਖਣ ਵਾਲਿਆਂ ਨੂੰ ਪਤਾ ਹੀ ਨਾ ਹੋਵੇ ਕਿ ਤੁਹਾਡੀ ਜ਼ਿੰਦਗੀ ਦੇ ਉਹ ਗੋਸ਼ੇ ਜਿਹੜੇ ਆਮ ਤੌਰ 'ਤੇ ਸਾਹਮਣੇ ਨਹੀਂ ਆਉਂਦੇ। ਆਮ ਤੌਰ 'ਤੇ ਤੁਸੀਂ ਸਿਆਸੀ ਗੱਲਾਂ ਸਾਹਮਣੇ ਕਰਦੇ ਹੋ, ਉਹ ਵੀ ਤਾਂ ਸਾਹਮਣੇ ਆਉਣੇ ਚਾਹੀਦੇ ਨੇ ਨਾ। ਬਿਲਕੁਲ ਜੀ। ਕਿ ਹੁਣ ਮਸਲ ਤੁਸੀਂ ਦੱਸਿਆ ਕਿ ਤੁਹਾਡੀ 8ਵੀਂ ਜਮਾਤ 'ਚ ਵਿਆਹ ਹੋ ਗਿਆ ਤੁਹਾਡਾ, ਅਤੇ ਉਹਦੇ ਬਾਅਦ ਤੁਸੀਂ ਸਾਰੀ ਤਾਲੀਮ ਜਿਹੜੀ ਹੈ ਬੱਚਿਆਂ ਦੇ ਨਾਲ ਹੀ ਤੁਸੀਂ ਪੜ੍ਹਦੇ ਰਹੇ, ਅਤੇ ਇਹ ਜਿਹੜੀ ਵੱਡੀ ਈਦ ਹੈ ਈਦ ਉਲ ਅਜ਼ਹਾ ਅਤੇ ਇਹ ਨਿੱਕੀ ਈਦ ਜਿਹੜੀ ਈਦ ਉਲ ਫਿਤਰ ਹੈ, ਅੱਛਾ ਇਹਨਾਂ 'ਚ ਇੱਕ ਫਰਕ ਹੈ। ਨਿੱਕੀ ਈਦ 'ਤੇ ਬੜੇ ਤੁਸੀਂ ਖੁਸ਼ ਹੁੰਦੇ ਹੋ, ਕੱਪੜੇ ਬਣਾਉਂਦੇ ਹੋ, ਖੁਸ਼ੀਆਂ ਜ਼ਿਆਦਾ ਕਰਦੇ ਹੋ, ਮਿਠਾਈਆਂ, ਸ਼ੀਰ ਖੋਰ ਮੇ ਔਰ ਫਲਾਂ ਫਲਾਂ, ਲੇਕਿਨ ਵੱਡੀ ਈਦ ਜਿਹੜੀ ਆ ਉਹਦੇ 'ਤੇ ਆਰਾਮ ਨਾਲ ਹੀ ਤੁਸੀਂ ਕਹਿੰਦੇ ਬਸ ਕੁਰਬਾਨੀ ਕਰ ਲਈ ਹੈ। ਫਰਕ ਹੈ ਵੈਸੇ? ਬਿਲਕੁਲ ਫਰਕ ਇਸ ਵਾਸਤੇ ਕਿ ਇੱਕ ਤਾਂ ਤੁਹਾਨੂੰ ਦੱਸਿਆ ਨੇ ਕਿ ਰੋਜ਼ੇ ਬੜਾ ਮੁਕੱਦਸ ਮਹੀਨਾ ਗੁਜ਼ਰਿਆ ਹੁੰਦਾ, ਬੜਾ ਬਾਬਰਕਤ ਬੜਾ, ਔਰ ਫਿਰ ਰੋਜ਼ੇ ਮੁਸਲਮਾਨ ਰੱਖਦੇ ਨੇ ਔਰ ਫਿਰ ਇੰਤਜ਼ਾਰ ਹੁੰਦਾ ਹੈ ਨਾ ਰੋਜ਼ਿਆਂ ਤੋਂ ਬਾਅਦ ਈਦ ਦਾ, ਔਰ ਬੜੀ ਈਦ ਜਿਹੜੀ ਹੈ ਉਹਦੇ 'ਚ ਇੱਕ ਉਸ ਤਰ੍ਹਾਂ ਮੇਰਾ ਖਿਆਲ ਹੈ ਉਨਾ ਉਹ ਇੰਤਜ਼ਾਰ ਵੀ ਨਹੀਂ ਹੁੰਦਾ, ਔਰ ਸਭ ਤੋਂ ਜ਼ਿਆਦਾ ਜਿਹੜੀ ਕੰਸਨਟ੍ਰੇਸ਼ਨ ਹੁੰਦੀ ਹੈ ਉਹ ਇਹ ਹੁੰਦੀ ਕਿ ਕੁਰਬਾਨੀ ਕਰ ਲਓ, ਔਰ ਕੱਪੜੇ ਛੱਪੜੇ ਵੀ ਖੈਰ ਨਾਲ ਨਾਲ ਹੁੰਦੇ ਨੇ, ਲੇਕਿਨ ਥੋੜ੍ਹਾ ਸਾਰਾ ਫਰਕ ਹੈ। ਲੇਕਿਨ ਈਦ ਦੋਨੋਂ ਤਿਉਹਾਰ ਨੇ ਸਾਡੇ ਮੁਸਲਮਾਨਾਂ ਵਾਸਤੇ, ਦੋਨੋਂ ਬੜੇ ਖੁਸ਼ੀ ਦੇ ਤਿਉਹਾਰ ਨੇ,
ਲੇਕਿਨ ਉਹਦੇ 'ਚ ਫਿਰ ਇੱਕ ਕੁਰਬਾਨੀ ਦਾ ਜਜ਼ਬਾ, ਇਹਦੇ 'ਚ ਇੱਕ ਇਸਾਰ ਦਾ ਜਜ਼ਬਾ, ਇਹਦੇ ਪਿੱਛੇ ਇੱਕ ਜਿਹੜਾ ਛੋਟੀ ਈਦ ਹੈ ਇਹਦੇ ਪਿੱਛੇ ਇੱਕ ਇਸਾਰ ਦਾ ਜਜ਼ਬਾ, ਇੱਕ ਹਮਦਰਦੀ ਦਾ ਜਜ਼ਬਾ, ਔਰ ਬੜੀ 'ਚ ਇੱਕ ਕੁਰਬਾਨੀ ਦਾ ਜਜ਼ਬਾ ਹੈ। ਔਰ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਨੇ ਆਪਣੇ ਬੇਟੇ ਦੀ ਕੁਰਬਾਨੀ ਉਹਨਾਂ ਦੀ ਯਾਦ ਤਾਜ਼ਾ ਕਰਨ ਵਾਸਤੇ ਇਹ ਤਿਉਹਾਰ। ਅੱਛਾ ਪੂਨਮ, ਪਿਛਲੇ ਕੁਛ ਸਾਲਾਂ ਤੋਂ ਇਹ ਜਿਹੜਾ ਚਾਂਦ ਰਾਤ ਹੈ ਇਹ ਤਾਂ ਸਬਰ ਜ਼ਿਆਦਾ ਵੱਧ ਗਿਆ। ਇਹ ਠੀਕ ਹੈ, ਸਾਰੀ ਸਾਰੀ ਰਾਤ ਕੁੜੀਆਂ ਮੁੰਡੇ ਫਿਰਦੇ ਰਹਿੰਦੇ ਨੇ, ਮਾਰਕੀਟਾਂ 'ਚ ਸ਼ੋਪਿੰਗ ਕਰਦੇ ਰਹਿੰਦੇ ਨੇ। ਮੇਰਾ ਖਿਆਲ ਐਡਵਾਂਸ ਹੋ ਗਿਆ। ਦੇਖੋ ਪਹਿਲੇ ਸਾਡੇ ਅਸੀਂ ਆਪਣੇ ਬਚਪਨ 'ਚ ਜਾਂ ਅੱਜ ਤੋਂ 10 ਸਾਲ ਪਿੱਛੇ ਚਲੇ ਜਾਓ ਤਾਂ ਇਹ ਹੁੰਦਾ ਸੀ ਕਿ ਅੱਛਾ ਅਗਰ ਚਾਂਦ ਰਾਤ ਦੀ ਅਸੀਂ ਗੱਲ ਬ੍ਰੇਕ ਤੋਂ ਬਾਅਦ ਕਰ ਲਈਏ। ਹਾਂ ਬਿਲਕੁਲ, ਬ੍ਰੇਕ ਦਾ ਵੇਲਾ ਹੋਗਾ, ਤੁਹਾਨੂੰ ਪਤਾ ਸਟਾਪ ਆ ਜਾਏ ਤਾਂ ਗੱਡੀ ਖਲੋ ਜਾਂਦੀ ਹੈ। ਦੇਖੀ ਜੀ, ਬ੍ਰੇਕ ਤੋਂ ਬਾਅਦ ਔਰ ਵੀ ਕਮਰਸ਼ੀਅਲ ਬ੍ਰੇਕ ਫਿਰ।